ਫਿਰ ਕੁਝ ਲੋਕਾਂ ਨੇ ਸ਼ਰਾਰਤ ਕਰਕੇ ਬੀਬੀ ਨੂੰ ਖੜਿਆ ਕਰਾਂਗੇ, ਬਾਹਰੋਂ ਪੈਸੇ ਆਉਣਗੇ, ਫੰਡ ਆਉਣਗੇ, ਲੁੱਟ ਤੁੱਟ ਮਚੂਗੀ, ਦਾ ਪੇਚ ਲਵਾਂਗੇ। ਅੱਜ ਕੱਲ੍ਹ ਇਹੋ ਜਿਹੇ ਕੰਮ ਬਹੁਤ ਚੱਲਦੇ ਆ, ਬੀਬੀ ਨੂੰ ਖਲਿਆਰਤਾ। ਪਰ ਸਾਡੇ ਤੇ ਬਹੁਤ ਵੱਡਾ ਸਾਥੀਆਂ ਦਾ, ਮੇਰੀ ਪਾਰਟੀ ਚ ਵੀ ਤੇ ਬਾਹਰ ਦੇ ਲੋਕਾਂ ਦਾ ਵੀ, ਜਿਹੜੇ ਬਾਹਰ ਚ ਵੱਸਦੇ ਨੇ ਉਹਨਾਂ ਦਾ ਵੀ ਤੇ ਇੱਥੇ ਕੁਝ ਲੋਕਾਂ ਦਾ ਵੀ, ਕਿ ਬੀਬੀ ਦੀ ਕੁਰਬਾਨੀ ਬਣੀ ਆ। ਬੀਬੀ ਦਾ ਜਿਹੜਾ ਘਰ ਵਾਲਾ ਸੀ ਹਿਊਮਨ ਰਾਈਟਸ ਵਾਸਤੇ, ਉਹਨੇ ਬਹੁਤ ਕੰਮ ਕੀਤਾ, ਪਰ ਬੀਬੀ ਨੇ ਅੱਗੇ ਵੀ ਇਲੈਕਸ਼ਨ ਲੜੀ ਆ। 30,000 ਰੋਡ ਖੜੀ ਸੀ, ਉਹਨਾਂ ਵਿੱਚ ਜਮਾਤ ਦੀ ਜਲ ਧੋਖੀ ਸੀ। ਬੀਬੀ ਨੇ ਪਹਿਲਾਂ ਇਲੈਕਸ਼ਨ ਲੜੀ ਆ ਜਦੋਂ ਸਰਬਿੰਦ ਅਕਾਲੀ ਦਲ ਟੌੜਾ ਸਾਹਿਬ ਨੇ ਬਣਾਇਆ ਸੀ, ਤੇ ਉਹਨਾਂ ਨੇ ਬੀਬੀ ਨੂੰ ਟਿਕਟ ਪਹਿਲਾਂ ਵੀ ਦਿੱਤੀ ਸੀ। ਪਰ ਇਹ ਸਾਰਾ ਜੋ ਲੋਕਾਂ ਦਾ ਹੀ ਵੇਖ ਕੇ, ਆ ਸਾਰਾ ਪ੍ਰੈਸ਼ਰ ਵੇਖ ਕੇ ਪੰਥ ਦੀ ਚੜ੍ਹਦੀ ਕਲਾ ਹੋ ਜਾਵੇ, ਕਿਉਂਕਿ ਅਸੀਂ ਟਕਸਾਲੀ ਹਾਂ, ਅਸੀਂ ਚਾਹੁੰਦੇ ਨੁਕਸਾਨ ਨਾ ਹੋਵੇ। ਅਤੇ ਅਸੀਂ ਜਿਹੜਾ ਸਾਡਾ ਕੈਂਡੀਡੇਟ ਆ ਜੇ ਜੇ ਸਿੰਘ, ਅਸੀਂ ਉਹਦਾ ਨਾਂ ਜਿਹੜਾ ਵਾਪਸ ਲੈਂਦੇ ਹਾਂ। ਸਤਿ ਸ਼੍ਰੀ ਅਕਾਲ।